ਸ਼ਾਮਿਲ ਹੋਣ ਵਾਸਤੇ ਜਿਹੜਾ ਸੀਐਮ ਦਾ ਕਾਫਲਾ ਹੈ ਉਹ ਇੱਥੋਂ ਪਹੁੰਚ ਚੁੱਕਾ ਹੈ। ਅੱਜ ਦਾ ਜਿਹੜਾ ਕੁਲੇਸ਼ ਚੱਕਰਾ ਜਿਹੜਾ ਮਾਹੌਲ ਪੰਜਾਬ ਕਾਂਗਰਸ ਦਾ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਕਾਫੀ ਜਿਹੜਾ ਕੰਟਰੋਵਰਸੀ ਵਾਲਾ ਜਿਹਨੂੰ ਲੈ ਕੇ ਅੱਜ ਜਿਹੜਾ ਕਾਫਲਾ ਹੈ ਉਹ ਸੀਐਮ ਦਾ ਉਹ ਨਿਕਲ ਚੁੱਕਾ ਹੈ। ਸਿਸਵਾ ਫਾਰਮ ਹਾਊਸ ਤੋਂ ਸੀਐਮ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਕਾਫਲਾ ਹੈ ਉਹ ਸਿੱਧਾ ਨਿਕਲ ਚੁੱਕਾ ਹੈ। ਸ਼ਾਮ ਦੀ ਜਿਹੜੀ ਮੀਟਿੰਗ ਹੋਣ ਵਾਲੀ ਹੈ ਸੀਐਮਪੀ ਦੀ ਉਸ ਤੋਂ ਪਹਿਲਾਂ ਜਿਹੜੀ 2 ਵਜੇ ਦੀ ਮੀਟਿੰਗ ਹੈ ਉਹਦੇ ਵਿੱਚ ਸ਼ਾਮਿਲ ਹੋਣ ਵਾਸਤੇ ਸੀਐਮ ਕੈਪਟਨ ਅਮਰਿੰਦਰ ਸਿੰਘ ਇੱਥੋਂ ਨਿਕਲ ਚੁੱਕੇ ਨੇ। ਲਗਾਤਾਰ ਜਿਹੜਾ ਸੀਐਮਪੀ ਦੀ ਮੀਟਿੰਗ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਏਅਰਪੋਰਟ ਤੋਂ ਵੀ ਹਰੀਸ਼ ਰਾਵਤ ਦੇ ਨਾਲ ਨਾਲ ਜਿਹੜੇ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਸੱਦੀ ਗਈ ਹੈ ਉਸਦੇ ਵਿੱਚ ਬਹੁਤ ਸਖ਼ਤ ਤਰੀਕੇ ਵੀ ਸ਼ਾਮਿਲ ਹੋਣਗੇ, ਪਰ ਇਸ ਤੋਂ ਪਹਿਲਾਂ ਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਸਨ। ਇਸ ਤੋਂ ਪਹਿਲਾਂ ਇਹ ਸੂਚਨਾ ਦੇ ਹਵਾਲੇ ਤੋਂ ਖ਼ਬਰ ਮਿਲੀ ਸੀ ਕਿ ਕਮਲਨਾਥ ਜੋ ਕਿ ਕਾਂਗਰਸ ਦੇ ਹਾਈ ਕਮਾਨ ਦੇ ਨੇਤਾ ਨੇ ਹਾਈ ਕਮਾਨ ਦੇ ਆਗੂ ਨੇ ਉਹਨਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਫੋਨ ਤੇ ਗੱਲਬਾਤ ਕੀਤੀ ਹੈ, ਜੋ ਕਿ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੇ ਨਾਲ ਫੋਨ ਤੇ ਗੱਲਬਾਤ ਦੌਰਾਨ ਇਸ ਗੱਲ ਬਾਰੇ ਕਿਹਾ ਕਿ ਜੇਕਰ ਉਹਨਾਂ ਤੇ ਦਬਾਅ ਪਾਇਆ ਜਾਵੇਗਾ ਤਾਂ ਉਹ ਅਸਤੀਫਾ ਦੇ ਸਕਦੇ ਨੇ, ਪਰ ਫਿਲਹਾਲ ਇਸ ਬਾਰੇ ਕੋਈ ਪੁਸ਼ਟੀ ਅਧਿਕਾਰਿਕ ਤੌਰ ਤੇ ਨਹੀਂ ਹੋਈ। ਪਰ ਇੰਨੀ ਗੱਲ ਜ਼ਰੂਰ ਨਿਕਲ ਕੇ ਸਾਹਮਣੇ ਆਈ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਕੈਪਟਨ ਅਮਰਿੰਦਰ ਸਿੰਘ ਕਦੇ ਵੀ ਅਸਤੀਫਾ ਦੇ ਸਕਦੇ ਨੇ, ਕਿਉਂਕਿ ਉਹਨਾਂ ਨੇ ਕਮਲਨਾਥ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਸੀ ਕਿ ਜੇਕਰ ਉਹਨਾਂ ਤੇ ਪ੍ਰੈਸ਼ਰ ਬਣਾਇਆ ਜਾਵੇਗਾ ਅਸਤੀਫੇ ਦਾ ਤਾਂ ਉਹ ਅਸਤੀਫਾ ਦੇ ਦੇਣਗੇ ਤੇ ਪੂਰਨ ਤੌਰ ਤੇ ਕਾਂਗਰਸ ਛੱਡ ਦੇਣਗੇ। ਤੇ ਹੁਣ ਜੋ ਕਾਂਗਰਸ ਹਾਈ ਕਮਾਨ ਦੇ ਵੱਲੋਂ ਜੋ ਬੈਠਕ ਬੁਲਾਈ ਗਈ ਹੈ ਪੰਜਾਬ ਕਾਂਗਰਸ ਭਵਨ ਦੇ ਵਿੱਚ ਜੋ ਬੈਠਕ ਹੋਣੀ ਹੈ ਉੱਥੇ ਸਾਰੇ ਵਿਧਾਇਕ ਪਹੁੰਚ ਰਹੇ ਨੇ, ਕੈਪਟਨ ਅਮਰਿੰਦਰ ਸਿੰਘ ਵੀ ਉੱਥੇ ਪਹੁੰਚਣਗੇ ਤੇ ਨਾਲ ਹੀ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਸਮੇਤ ਪਾਰਟੀ ਦੇ ਸਾਰੇ ਮੁੱਖ ਆਗੂ ਉੱਥੇ ਪਹੁੰਚਣਗੇ ਤੇ ਅੱਜ ਕੀ ਫੈਸਲਾ ਨਿਕਲ ਕੇ ਆਵੇਗਾ ਦੇਖਣਾ ਬਹੁਤ ਅਹਿਮ ਹੋਵੇਗਾ। ਇਸ ਤੋਂ ਇਲਾਵਾ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਸੁਨੀਲ ਜਾਖੜਪੁਰਾ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ ਕਿ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਮੁੱਖ ਮੰਤਰੀ ਦੇ ਉਮੀਦਵਾਰ ਹੋ ਸਕਦੇ ਨੇ, ਉਹਨਾਂ ਨੂੰ ਚਿਹਰੇ ਵਜੋਂ ਚੋਣ ਮੈਦਾਨ ਦੇ ਵਿੱਚ 2022 ਦੀਆਂ ਚੋਣਾਂ ਦੇ ਵਿੱਚ ਉਤਾਰਿਆ ਜਾ ਸਕਦਾ ਹੈ। ਸੋ ਇਸ ਤਰ੍ਹਾਂ ਹੋ ਸਕਦਾ ਕਿਤੇ ਨਾ ਕਿਤੇ ਇਹ ਸੈਟਲਮੈਂਟ ਵੀ ਕਿਤੇ ਨਾ ਕਿਤੇ ਜੋ ਰਾਜਨੀਤਿਕ ਐਕਸਪਰਟ ਨੇ ਉਹਨਾਂ ਦਾ ਇਹ ਕਹਿਣਾ ਕਿ ਵੀ ਕਿਤੇ ਨਾ ਕਿਤੇ ਹੋ ਸਕਦਾ ਕਿ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਲਗਾਇਆ ਜਾ ਸਕਦਾ ਹੈ। 2022 ਦੀਆਂ ਚੋਣਾਂ ਨੇ ਪੰਜਾਬ ਦੇ ਵਿੱਚ ਹੋਈਆਂ ਨੇ, ਅਗਵਾਈ ਕਰ ਸਕਦੇ ਨੇ ਮੁੱਖ ਮੰਤਰੀ ਦੇ ਉਮੀਦਵਾਰ ਦੇ ਤੌਰ ਤੇ ਉਹਨਾਂ ਦਾ ਚਿਹਰਾ ਜੋ ਕਿ 2022 ਦੀਆਂ ਚੋਣਾਂ ਦੇ ਲਈ ਉਤਾਰਿਆ ਜਾ ਸਕਦਾ। ਕੁੱਲ ਮਿਲਾ ਕੇ ਇਹ ਵੀ ਮੰਨਿਆ ਜਾ ਰਿਹਾ ਕਿ ਜੋ ਰਾਜਨੀਤਿਕ ਸੁਰਖੀਆਂ ਨੇ ਜੋ ਰਾਜਨੀਤਿਕ ਐਕਸਪਰਟ ਨੇ ਉਤਾਰਿਆ ਜਾ ਸਕਦਾ। ਕੁੱਲ ਮਿਲਾ ਕੇ ਇਹ ਵੀ ਮੰਨਿਆ ਜਾ ਰਿਹਾ ਕਿ ਜੋ ਰਾਜਨੀਤਿਕ ਸੁਰਖੀਆਂ ਨੇ ਜੋ ਰਾਜਨੀਤਿਕ ਐਕਸਪਰਟ ਨੇ ਉਹਨਾਂ ਦਾ ਇਹੀ ਮੰਨਣਾ ਕਿ ਜੇਕਰ ਅਜਿਹਾ ਫੈਸਲਾ ਵੀ ਆਉਂਦਾ ਕਿਤੇ ਨਾ ਕਿਤੇ ਇੱਕ ਵਿਚਲਾ ਰਸਤਾ ਦੋਨਾਂ ਧਿਰਾਂ ਦੇ ਵਿੱਚ ਦੋਨਾਂ ਖੇਮਿਆਂ ਦੇ ਵਿੱਚ ਕੱਢਿਆ ਜਾ ਸਕਦਾ ਕਿ ਜੋ ਸੁਨੀਲ ਜਾਖੜ ਨੇ ਉਹ ਬੜੇ ਹੀ ਨਿਊਟਰਲ ਹੋ ਕੇ ਤੇ ਚੱਲਦੇ ਪਏ ਨੇ ਦੋਨਾਂ ਚੀਜ਼ਾਂ ਨੂੰ ਲੈ ਕੇ, ਦੋਨਾਂ ਖੇਮਿਆਂ ਨੂੰ ਲੈ ਕੇ। ਜੇਕਰ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਤੇ ਦੂਜੇ ਪਾਸੇ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਬੜੇ ਹੀ ਨਿਊਟਰਲ ਹੋ ਕੇ ਚੱਲਦੇ ਨੇ, ਬੜੇ ਹੀ ਸੂਝਵਾਨ ਤੇ ਯੋਗ ਵਿਅਕਤੀ ਤੇ ਯੋਗ ਰਾਜਨੀਤੀਵਾਨ ਮੰਨੇ ਜਾਂਦੇ ਨੇ। ਅਜਿਹੇ ਦੇ ਵਿੱਚ ਹੋ ਸਕਦਾ ਕਿ ਵੀ ਜੋ ਸੁਨੀਲ ਜਾਖੜ ਨੇ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਪੰਜਾਬ ਦੇ ਵਿੱਚ ਹੋ ਸਕਦੇ ਨੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕੀ ਅਪਡੇਸ਼ਨ ਆਉਂਦੀ ਹੈ ਉਹ ਵੀ ਤੁਹਾਡੇ ਨਾਲ ਜਲਦੀ ਸਾਂਝੀ ਕੀਤੀ ਜਾਵੇਗੀ। 5 ਵਜੇ ਜੋ ਬੈਠਕ ਹੋਣੀ ਹੈ ਉਸ ਬਾਰੇ ਤੁਹਾਡੇ ਨਾਲ ਪੂਰੀ ਅਪਡੇਟ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਜਗਬਾਣੀ ਟੀਵੀ ਦੇ ਨਾਲ, ਮੇਰੇ ਨਾਲ ਕੈਮਰਾ ਪਰਸਨ ਅਮਿਤ ਕੁਮਾਰ।